ਪਟਿਆਲਾ ਪੁਲਿਸ ਦੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ। ਤਾਜ਼ਾ ਮਾਮਲਾ ਪਟਿਆਲਾ ਦਾ ਜਿੱਥੇ 3 ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ। ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂਗੇ। ਮੇਰੇ ਨਾਲ ਖੁਦ SPD ਤੋਂ ਦੀ ਪੂਰੀ ਟੀਮ ਮੌਜੂਦ ਹੈ ਜਿਸ ਦੇ ਵੱਲੋਂ ਇਹਨਾਂ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਸਲਾ ਵੀ ਬਰਾਮਦ ਹੋਇਆ ਅਤੇ ਜਿਹੜੀਆਂ ਵਾਰਦਾਤਾਂ ਉਹਨਾਂ ਨੇ ਕੀਤੀਆਂ ਨੇ ਉਹਦੇ ਬਾਰੇ ਵੀ SPD ਯੋਗੇਸ਼ ਸ਼ਰਮਾ ਨਾਲ ਗੱਲ ਕਰਾਂਗੇ। ਸ਼ਰਮਾ ਜੀ, ਕਿਸ ਤਰ੍ਹਾਂ ਦੇ ਅਪਰਾਧੀ ਸੀ, ਕਿਹੜੀਆਂ ਕਿਹੜੀਆਂ ਵਾਰਦਾਤਾਂ ਨੇ ਇਹਨਾਂ ਨੇ ਅੰਜਾਮ ਦਿੱਤਾ ਸੀ? ਇਹ 3 ਦੋਸ਼ੀ ਨੇ ਜੀ, ਰੋਹਿਤ ਚੀਕੂ ਜੀ, ਸੁਖਪਾਲ ਸੁੱਖ ਅਤੇ ਜਸ਼ਰਾਜ ਕਾਕਾ ਜੀ। ਰੋਹਿਤ ਚੀਕੂ ਅਤੇ ਸੁਖਪਾਲ ਸੁੱਖ ਇੱਕੋ ਗੈਂਗ ਦੇ ਮੈਂਬਰ ਨੇ, ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਇਹਨਾਂ ਦੀ ਐਸੋਸੀਏਸ਼ਨ ਹੈ। ਜਸ਼ਰਾਜ ਕਾਕਾ ਰਾਜੀਵ ਰਾਜਾ ਗੈਂਗ ਨਾਲ ਐਸੋਸੀਏਟਡ ਹੈ। ਇਹਨਾਂ ਦੀ ਲੋਕਲ ਲੈਵਲ 'ਤੇ ਰਾਈਵਰਲੀ ਚੱਲ ਰਹੀ ਹੈ। ਬੇਸਿਕਲੀ ਜੋ ਇੱਕ ਮਰਡਰ ਹੋਇਆ ਸੀ ਤੇਜਪਾਲ ਨਾਮ ਦੇ ਵਿਅਕਤੀ ਦਾ ਸਨੌਰੀ ਅੱਡਾ 'ਚ, ਤਾਂ ਉਹਦੇ ਵਿਰੋਧੀ ਜੋ ਪੁਨੀਤ ਗੋਲਾ ਹੈ, ਤਾਂ ਪੁਨੀਤ ਗੋਲਾ, ਚੀਕੂ ਅਤੇ ਤੇਜਪਾਲ ਇਹਨਾਂ ਦੀ ਰਾਈਵਰਲੀ ਕਾਫੀ ਟਾਈਮ ਤੋਂ ਚੱਲ ਰਹੀ ਸੀ। ਆਫਟਰ ਤੇਜਪਾਲ 'ਚ ਮਰਡਰ, ਇਹ ਚੀਕੂ ਵਿਰੋਧੀ ਗੈਂਗ 'ਤੇ ਟਾਰਗੇਟ ਕਰਨਾ ਚਾਹ ਰਿਹਾ ਸੀਗਾ, ਤਾਂ ਉਸੇ ਟਾਰਗੇਟ ਕਰਨ ਦੀ ਮਨਸ਼ਾ ਦੇ ਨਾਲ ਇਹਨੇ ਸੁਖਪਾਲ ਸੁੱਖ ਨਾਲ ਮਿਲ ਕੇ ਇਹ ਵੈਪਨ ਪਰਚੇਜ਼ ਕੀਤੇ ਅਤੇ ਵਿਰੋਧੀ ਗੈਂਗ ਨੂੰ ਟਾਰਗੇਟ ਲਈ ਕਰਨ ਲਈ ਪਲੈਨ ਕੀਤਾ, ਬਟ ਟਾਈਮਲੀ ਇਨਫੋਰਮੇਸ਼ਨ ਆਈ ਤਾਂ ਉਹਦੇ ਕਰਕੇ ਇਹਨੂੰ ਅਰੈਸਟ ਕਰ ਲਿਆ ਗਿਆ ਜੀ। ਸਰ, ਕਿੰਨੇ ਹਥਿਆਰ ਬਰਾਮਦ ਕੀਤੇ ਗਏ ਨੇ, ਕਿੱਥੋਂ ਹਥਿਆਰ ਲਿਆਏ ਸੀ ਅਤੇ ਅੱਗੇ ਹੋਰ ਵੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਇਸ ਤੋਂ ਇਲਾਵਾ? 4 ਵੈਪਨ ਟੋਟਲ ਰਿਕਵਰ ਹੋਏ ਆ ਜੋ ਇਲੀਗਲ ਵੈਪਨ ਨੇ। ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਕਿ MP ਤੋਂ ਵੈਪਨ ਇਹ ਪਰਚੇਜ਼ ਕਰਕੇ ਲੈ ਕੇ ਆਏ ਆ। ਤਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਇਆ ਕਿ ਜੋ ਚੀਕੂ ਹੈ ਇਹਦੀ ਐਸੋਸੀਏਸ਼ਨ ਨਵ ਲਾਹੌਰੀਆ ਨਾਲ ਹੋਈ ਸੀ ਜੇਲ੍ਹ ਦੇ ਦੌਰਾਨ, ਅਤੇ ਉਸੇ ਦੌਰਾਨ ਹੀ ਇਹ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਪਰਕ 'ਚ ਆਇਆ। ਅਤੇ ਦੂਸਰਾ ਜੋ ਵਿਅਕਤੀ ਹੈ ਜਸ਼ਰਾਜ ਕਾਕਾ, ਉਹਦੀ ਐਸੋਸੀਏਸ਼ਨ ਪੁਨੀਤ ਉਰਫ ਗੋਲਾ, ਜਿਹੜਾ ਜਿਹਨੂੰ ਕਿ ਪਟਿਆਲਾ ਪੁਲਿਸ ਨੇ ਆਫਟਰ ਏ ਬਰੀਫ ਇਨਕਾਊਂਟਰ ਅਗਸਤ ਦੇ ਵਿੱਚ ਅਰੈਸਟ ਕੀਤਾ, ਜੋ ਤੇਜਪਾਲ ਦਾ ਓਪੋਜਿਟ ਮੈਂਬਰ ਸੀਗਾ, ਲੋਕਲ ਜੋ ਡਰਾਈਵਰ ਲਈ ਹੈ। ਤਾਂ ਉਹ ਤੋਂ ਵੀ 2 ਵੈਪਨ ਸਾਨੂੰ ਰਿਕਵਰ ਹੋਏ ਆ। ਜੋ ਤੀਸਰਾ ਵਿਅਕਤੀ ਹੈ ਸੁਖਪਾਲ ਸੁੱਖ, ਉਹ ਵੀ ਕ੍ਰਿਮੀਨਲ ਪ੍ਰਵਿਰਤੀ ਦਾ ਵਿਅਕਤੀ ਹੈ। ਉਹ ਵੀ ਇੱਕ ਇਨਫੇਮਸ ਦੋਹਰਾ ਕਤਲਕਾਂਡ ਹੋਇਆ ਸੀਗਾ ਜਿਹਦੇ 'ਚ 2 ਔਰਤਾਂ ਨੂੰ ਗਲਾ ਵੱਢ ਕੇ ਕਿਰਪਾਨਾਂ ਨਾਲ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਪੁਨਰਹੇੜੀ ਵਿਖੇ 2022 'ਚ। ਉਹਦੇ 'ਚ ਉਹ ਅਕਿਊਜ਼ਡ ਹੈ ਬਟ ਬੇਲ ਆਊਟ ਹੈ। ਤਾਂ ਉਹ ਇਹਨਾਂ ਨੇ ਰਲ ਮਿਲ ਕੇ ਸਾਜਿਸ਼ ਕੀਤੀ ਸੀ, ਅਸੀਂ ਪੁਨੀਤ ਗੋਲਾ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਟਾਰਗੇਟ ਕਰਨਾ, ਤਾਂ ਉਹਦੇ ਸਿਲਸਿਲੇ 'ਚ ਇਹ ਕਰ ਰਹੇ ਸੀ। ਸ਼ਰਮਾ ਜੀ, ਕੀ ਲੱਗਦਾ ਜਿਸ ਤਰ੍ਹਾਂ ਨਵ ਲਾਹੌਰੀਆ ਦੀ ਮੁਲਾਕਾਤ ਇਹਨਾਂ ਨਾਲ ਜੇਲ੍ਹ ਦੇ ਵਿੱਚ ਹੁੰਦੀ ਹੈ, ਹੋ ਸਕਦਾ ਕਿ ਜੇਲ੍ਹ ਦੇ ਵਿੱਚੋਂ ਇਹਨਾਂ ਨੂੰ ਹੋਰ ਵੀ ਕੋਈ ਡਾਇਰੈਕਸ਼ਨਜ਼ ਮਿਲਦੀਆਂ ਹੋਣ, ਪਰ ਉਸ ਤੋਂ ਪਹਿਲੇ ਹੀ ਪਟਿਆਲਾ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਕਿ ਕਿਸੇ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣ ਦੇ ਲਈ ਕੋਈ ਸਪਾਰੀ ਵਗੈਰਾ ਲਈ ਹੋਵੇ? ਇਨੀਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਇਆ ਕਿ ਇਹ ਜੋ ਤੇਜਪਾਲ ਨਾਮ ਦਾ ਵਿਅਕਤੀ ਦਾ ਮਰਡਰ ਹੋਇਆ ਸੀਗਾ, ਉਹਦਾ ਬਦਲਾ ਲੈਣ ਦੀ ਕੋਸ਼ਿਸ਼ 'ਚ ਦੇ ਫਰਾਕ 'ਚ ਸੀਗੇ। ਤੇਜਪਾਲ ਅਤੇ ਚੀਕੂ ਕਾਫੀ ਗੂੜੇ ਸਾਥੀ ਸਨ, ਕ੍ਰਿਮੀਨਲ ਵਿਅਕਤੀ ਸਨ। ਜਦੋਂ ਉਸਦਾ ਮਰਡਰ ਹੁੰਦਾ ਤਾਂ ਇਹ ਪੁਨੀਤ ਗੋਲਾ ਅਤੇ ਓਪੋਜ਼ਿਟ ਵਿਰੋਧੀਆਂ ਨੂੰ ਉਦੋਂ ਹੀ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਇਹਨੂੰ ਸੁਖਪਾਲ ਸੁੱਖ ਦਾ ਸਾਥ ਮਿਲ ਗਿਆ ਸੀਗਾ, ਵੈਪਨ ਪਰਚੇਜ਼ ਕਰ ਰਹੇ ਸੀ ਆਪਦੀ ਲਿੰਕਸ ਦੇ ਕਰਕੇ, ਬਟ ਟਾਈਮਲੀ ਇਨਫੋਰਮੇਸ਼ਨ ਆਈ, ਟਾਈਮਲੀ ਇਨਫੋਰਮੇਸ਼ਨ 'ਤੇ ਪੁਲਿਸ ਨੇ ਐਕਟ ਕੀਤਾ, ਤਾਂ ਇਹ ਵਾਰਦਾਤ, ਵੱਡੀ ਵਾਰਦਾਤ ਪ੍ਰਿਵੈਂਟ ਹੋ ਗਈ। ਸਰ, ਕੀ ਲੱਗਦਾ ਹਰਿਆਣਾ ਦੇ ਨਾਲ ਪਟਿਆਲੇ ਦੀਆਂ ਸਰਹੱਦਾਂ ਜੁੜੀਆਂ ਨੇ, ਜਿਹੜਾ ਅਸਲਾ ਆ ਰਿਹਾ ਜਿਸ ਤਰ੍ਹਾਂ ਹੁਣ ਚੋਣਾਂ ਹੋਣੀਆਂ ਨੇਗੀਆਂ, ਉਸ ਨੂੰ ਲੈ ਕੇ ਵੀ ਪਟਿਆਲਾ ਪੁਲਿਸ ਦੇ ਵੱਲੋਂ ਵੀ ਐਸਾ ਓਪਰੇਸ਼ਨ ਚਲਾਇਆ ਜਾ ਰਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਅਪਰਾਧੀ ਅਸਲਾ ਲੈ ਕੇ ਆਉਂਦੇ ਨੇ ਜਾਂ ਹੋਰ ਜਿਹੜਾ ਗੈਰ ਸਮਾਜਿਕ ਸਮਾਨ ਹੁੰਦਾ ਹੈਗਾ ਉਹ ਲੈ ਕੇ ਆਉਂਦੇ ਨੇ, ਉਹਨਾਂ ਖਿਲਾਫ਼ ਵੀ ਕੋਈ ਐਕਸ਼ਨ ਲਿਆ ਜਾਊਗਾ ਪਟਿਆਲਾ ਪੁਲਿਸ ਵੱਲੋਂ? ਡੈਫੀਨੇਟਲੀ ਜੀ, ਪਟਿਆਲਾ ਪੁਲਿਸ ਦਾ ਫੋਕਸ ਹੈਗਾ ਕਿ ਕ੍ਰਾਈਮ ਨੂੰ ਪ੍ਰਿਵੈਂਟ ਕਰੀਏ। ਕ੍ਰਾਈਮ ਨੂੰ ਪ੍ਰਿਵੈਂਟ ਦੇ ਕਰਨ ਦੇ ਵਾਸਤੇ ਹੀ ਅਸੀਂ ਪਿਛਲੇ ਸਮੇਂ ਦੇ ਦੌਰਾਨ ਹੀ ਕਾਫੀ ਵਾਰਦਾਤਾਂ ਪ੍ਰਿਵੈਂਟ ਕਰ ਚੁੱਕੇ ਹਾਂ। ਵੱਡੇ ਵੱਡੇ ਜਿਹੜੇ ਗੈਂਗ ਸੀਗੇ ਜਿਹੜੇ ਉਹਨਾਂ ਨੂੰ ਟਰੇਸ ਕਰ ਚੁੱਕੇ ਹਾਂ। ਲੋਕਲ ਲੈਵਲ 'ਤੇ ਵੀ ਜਿਹੜੇ ਕ੍ਰਿਮੀਨਲ ਵਿਅਕਤੀ ਐਕਟਿਵ ਹੁੰਦੇ ਆ, ਸੰਪਰਕ 'ਚ ਆਉਂਦੇ ਆ ਜਾਂ ਵਾਰਦਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ 'ਤੇ ਅਸੀਂ ਨਜ਼ਰ ਰੱਖਦੇ ਹਾਂ।
ਐਕਟਿਵਲੀ ਪ੍ਰੋਐਕਟਿਵਲੀ ਅਸੀਂ ਕੰਮ ਕਰ ਰਹੇ ਹਾਂ ਕਿ ਅਸੀਂ ਵਾਰਦਾਤ ਨੂੰ ਅੰਜਾਮ ਹੋਣ ਤੋਂ ਪਹਿਲਾਂ ਹੀ ਪ੍ਰੀਵੈਂਟ ਕਰ ਲਈਏ। ਥੈਂਕ ਯੂ। ਸੋ ਯੋਗੇਸ਼ ਸ਼ਰਮਨ SPD, ਤੁਹਾਨੂੰ ਮੈਂ ਇੱਕ ਵਾਰੀ ਫਿਰ ਦੱਸਦਾ ਕਿ ਜਿਹੜੀ ਪੂਰੀ ਟੀਮ ਹੈ ਉਸਦੇ ਵੱਲੋਂ ਇਸ ਪੂਰੇ ਜਿਹੜਾ ਗਰੋਹ ਸੀਗਾ ਉਸਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਆਪਣੇ ਸਾਥੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਇਹ ਜਿਹੜੇ ਗੈਂਗਸਟਰ ਸੀਗੇ ਉਹ ਪਟਿਆਲਾ ਆਏ, ਅਤੇ ਜਦੋਂ ਉਹ ਪਟਿਆਲਾ ਦੇ ਵਿੱਚ ਇਸ ਵਾਰਦਾਤ ਦੀ ਰੂਪ ਰੇਖਾ ਉਸਨੂੰ ਤਿਆਰ ਕਰ ਰਹੇ ਸੀ ਤਾਂ ਇਸ ਦੌਰਾਨ ਹੀ ਪਟਿਆਲਾ ਪੁਲਿਸ ਦੇ ਵੱਲੋਂ ਅਤੇ CIA ਸਟਾਫ ਪਟਿਆਲਾ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੇ ਕੋਲੋਂ 4 ਪਿਸਟਲ, 32 ਬੋਰ ਅਤੇ 26 ਕਾਰਤੂਸ ਬਰਾਮਦ ਕੀਤੇ ਗਏ ਨੇ। ਪਟਿਆਲਾ ਪੁਲਿਸ ਦੇ SPD ਯੋਗੇਸ਼ ਸ਼ਰਮਾ ਨੇ ਕਿਹਾ ਕਿ ਜੋ ਵਿਅਕਤੀ ਸਮਾਜ ਵਿਰੋਧੀ ਕੰਮ ਕਰੂਗਾ ਉਹਨੂੰ ਪਟਿਆਲਾ ਪੁਲਿਸ ਦੇ ਵੱਲੋਂ ਕਿਸੇ ਵੀ ਹਾਲ ਦੇ ਵਿੱਚ ਬਖਸ਼ਿਆ ਨਹੀਂ ਜਾਊਗਾ। ਪਟਿਆਲਾ ਪੁਲਿਸ ਲਾਈਨ ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।